आ मुंडा वेखो पीली जैकेट पा के गार्डर वर्गा थानेदार नू खंगारा मारे पेंट करन दा गिल्ली ठोको ताड़ी इहदे नां दी। मैं हैरान हां, 20 30 30 40 40 बंदियां तों इहनां दे बगैर कोई बाहर नहीं निकलदा। बुलेट प्रूफ गड्डियां च भी ये चार पिछे बैठे आ, चार अगे बैठे आ, जिप्सियां च गड्डियां, ओह गड्डी दे विच भी बैठे आ, की सोचणगे ओह। आ मुंडा वेखो पीली जैकेट पा के गार्डर वर्गा थानेदार नू खंगारा मारे पेंट करन दा गिल्ली ठोको ताड़ी इहदे नां दी। मैं हैरान, ये पाकिस्तान दे पंजाब दी पुलिस आ, जिहे जे आपां लोग आ ओह जे पंजाब पुलिस आ। अपने ताए चाचे मामे फुफड़ ये उहनां दे भरा ने, उहनां दे बच्चे आ, अपने ही ने, कोई बगाने ने, कोई अलग उपज हुई हुई आ। पंजाब प्रदेश कांग्रेस कमेटी के प्रधान नवजोत सिंह सिद्धू वल्लों पंजाब पुलिस बारे की गई टिप्पणी का मामला भखदा नजर आ रहा है। ਪਹਿਲਾਂ ਤੁਸੀਂ ਵੀ ਸੁਣੋ ਕਿ ਨਵਜੋਤ ਸਿੰਘ ਸਿੱਧੂ ਨੇ ਜੋ ਟਿੱਪਣੀ ਕੀਤੀ ਸੀ। ਆ ਮੁੰਡਾ ਵੇਖੋ ਪੀਲੀ ਜੈਕਟ ਪਾ ਕੇ ਗਾਰਡਰ ਵਰਗਾ ਥਾਣੇਦਾਰ ਨੂੰ ਖੰਗਾਰਾ ਮਾਰੇ ਪੈਂਟ ਕਰ ਦਿੰਦਾ ਗਿੱਲੀ ਠੋਕੋ ਤਾੜੀ ਇਹਦੇ ਨਾਂ ਦੀ। ਇਸ ਮਾਮਲੇ ਤੇ ਮੈਂਬਰ ਲੋਕ ਸਭਾ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਪੁਲਿਸ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਖੁਦ ਮੁਆਫੀ ਮੰਗੀ ਹੈ। ਬਿੱਟੂ ਨੇ ਕਿਹਾ ਹੈ ਕਿ ਪੁਲਿਸ ਬਾਰੇ ਸਿਆਸੀ ਪਾਰਟੀਆਂ ਨੂੰ ਅਜਿਹੀਆਂ ਟਿੱਪਣੀਆਂ ਬੰਦ ਕਰਨੀਆਂ ਚਾਹੀਦੀਆਂ ਨੇ। ਦੇਖੋ ਬਹੁਤ ਹੀ ਇੱਕ ਜ਼ਰੂਰੀ ਤੁਹਾਡੇ ਨਾਲ ਗੱਲ ਕਰਨੀ ਹੈ ਸਾਰੇ ਪੰਜਾਬੀਆਂ ਨਾਲ, ਕਿਉਂਕਿ ਦੋ ਦਿਨ ਦਾ ਮੈਂ ਹੁਣੀ ਸਫ਼ਰ ਕਰਦਾ ਵੀ ਆ ਰਿਹਾ ਸੀ ਤੇ ਪਹਿਲਾਂ ਇੱਕ DSP ਸਾਹਿਬ ਦੀ, ਹੁਣ ਇੱਕ ਸਬ ਇੰਸਪੈਕਟਰ ਤੇ ਹੋਰ ਪੁਲਿਸ ਵਾਲਿਆਂ ਦੀ, ਕਾਫੀ ਪੰਜਾਬ ਪੁਲਿਸ ਵਾਲਿਆਂ ਦੀਆਂ ਜਿਹੜੀਆਂ ਏ ਉਹ ਵੀਡੀਓਜ਼ ਵਾਇਰਲ ਹੋ ਰਹੀਆਂ। ਮੈਂ ਪਹਿਲਾਂ ਤਾਂ ਸਭ ਤੋਂ ਇਸ ਗੱਲ ਲਈ ਜਿਹੜੀ ਵੀ ਇਹ ਇੱਕ ਗੱਲ ਪੁਲਿਸ ਬਾਰੇ ਕਹੀ ਆ ਉਹਦੇ ਬਾਰੇ ਮੈਂ ਹੱਥ ਜੋੜ ਕੇ ਤੁਹਾਡੇ ਤੋਂ ਮਾਫ਼ੀ ਮੰਗਦਾ, ਕਿਉਂਕਿ ਮੈਂ ਜਾਣਦਾ ਪੰਜਾਬ ਪੁਲਿਸ ਸਾਡੇ ਬਹਾਦਰ ਪੁਲਿਸ, ਜਦੋਂ ਪੰਜਾਬ ਦੇ ਵਿੱਚ ਕੋਈ ਬਾਹਰ ਨਹੀਂ ਨਿਕਲਦਾ ਸੀ ਅੱਤਵਾਦ ਦੇ ਦਿਨ ਦੇ ਵਿੱਚ, ਇਹਨਾਂ ਨੇ ਹਿਸਟਰੀ ਚ ਕਿਤੇ ਟੈਰਰਿਜ਼ਮ ਖਤਮ ਨਹੀਂ ਹੋਇਆ ਦੁਨੀਆਂ ਚ। ਇੱਕ ਪੰਜਾਬ ਬਹਾਦਰ ਪੁਲਿਸ ਆ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੇ ਕੇ, ਚਾਹੇ ਉਹ SPO ਸੀ, ਚਾਹੇ ਹੋਮਗਾਰਡ ਦਾ ਸੀ, ਚਾਹੇ ਉਹ ਪੰਜਾਬ ਪੁਲਿਸ ਦਾ IPS ਤੋਂ ਲੈ ਕੇ ਇੱਕ ਕਾਂਸਟੇਬਲ ਤੱਕ, ਹਰ ਜਿੱਥੇ ਵੀ ਤੁਸੀਂ ਦੇਖ ਲਓ ਜਾ ਕੇ ਕਿਸੇ ਪੁਲਿਸ ਡਿਸਟ੍ਰਿਕਟ ਹੈੱਡਕੁਆਰਟਰ ਤੇ, ਉੱਥੇ ਉਹਨਾਂ ਦੇ ਨਾਂ ਲੱਗੇ ਆ। ਤੁਸੀਂ DGP ਆਫਿਸ ਚਲੇ ਜਾਓ, ਹੈੱਡਕੁਆਰਟਰ ਚੰਡੀਗੜ੍ਹ, ਹਜ਼ਾਰਾਂ ਦੀ ਗਿਣਤੀ ਚ ਸ਼ਹੀਦ ਹੋਏ ਆ ਪੁਲਿਸ ਸਾਡੀ, ਉਹਨਾਂ ਦੇ ਨਾਂ ਲਿਖੇ ਆ। ਤੇ ਇਸ ਕਰਕੇ ਜੇ ਮੈਂ ਟੈਰਰਿਜ਼ਮ ਤੋਂ ਬਾਅਦ ਦੀ ਗੱਲ ਕਰਾਂ, ਖਾਸ ਤੌਰ ਤੇ ਜਦੋਂ ਕੋਵਿਡ ਕੋਈ ਨਿਕਲਦਾ ਨਹੀਂ ਸੀ ਬਾਹਰ, ਕੋਵਿਡ ਚ ਕਿਹਨੇ ਹਰ ਖਾਣਾ ਪਹੁੰਚਾਇਆ, ਕਿਹਨੇ ਲੰਗਰ ਪਹੁੰਚਾਇਆ, ਰੋਟੀਆਂ ਪਹੁੰਚਾਈਆਂ, ਘਰ ਘਰ ਪੈਕਟ ਪਹੁੰਚਾਏ ਆ। ਆਹ ਹੁਣ ਬੰਬ ਬਲਾਸਟ ਹੋਇਆ ਏ, ਕੌਣ ਪਹੁੰਚਦਾ ਏ? ਪੁਲਿਸ ਸਭ ਤੋਂ ਪਹਿਲਾਂ। ਐਸਾ ਮਾਹੌਲ ਬਣਿਆ ਹੋਇਆ ਦੁਬਾਰਾ ਪੰਜਾਬ ਦਾ, ਪੁਲਿਸ ਨੂੰ ਡਿਮੋਡਲਾਈਜ਼ ਨਾ ਕਰੋ। ਇਸ ਕਰਕੇ ਮੈਂ ਬੜਾ ਇਹ ਚਿੰਤਿਤ ਵਾਲੀ ਗੱਲ ਹੋਈ ਆ। ਆ ਮੈਂ ਗੱਲ ਕਰ ਰਿਹਾ ਸੀ ਕੋਵਿਡ ਚ, ਸਭ ਤੋਂ ਟ੍ਰੇਨਾਂ ਬੱਸਾਂ ਜਿੱਥੇ ਤੱਕ ਕਿਸੇ ਨੂੰ ਪਹੁੰਚਾਉਣਾ ਸੀ ਇਹਨਾਂ ਨੇ ਜਾ ਆਪ ਪਹੁੰਚਾਏ। ਨਾ ਕਿ ਮੈਂ ਕਹਿੰਦਾ ਸਾਰੇ ਮੁਲਾਜ਼ਮ ਮਹਿਕਮੇ ਡਿਊਟੀ ਕਰਦੇ ਆ, ਪਰ ਇਹ 24 ਚੋਂ 18 ਘੰਟੇ ਡਿਊਟੀ ਆ ਜਿਹੜੀ ਉਹ ਪੁਲਿਸ ਮਹਿਕਮਾ ਦਿੰਦਾ ਏ। ਹਰ ਜਗ੍ਹਾ ਇਹ ਆਪਣੀ ਜਾਨ ਤਾਂ ਜੋਖਮ ਚ ਚੱਕੀ ਫਿਰਦੇ, ਜਿਹੜੇ ਪੋਲੀਟੀਕਲ ਬੰਦੇ ਕਹਿੰਦੇ ਆ। ਮੈਂ ਹੈਰਾਨ ਆ, 20 30 30 40 40 ਬੰਦਿਆਂ ਤੋਂ ਇਹਨਾਂ ਦੇ ਬਗੈਰ ਕੋਈ ਬਾਹਰ ਨਹੀਂ ਨਿਕਲਦਾ। ਬੁਲੇਟ ਪਰੂਫ ਗੱਡੀਆਂ ਚ ਵੀ ਇਹ ਚਾਰ ਪਿੱਛੇ ਬੈਠੇ ਆ, ਚਾਰ ਅੱਗੇ ਬੈਠੇ ਆ, ਜਿਪਸੀਆਂ ਚ ਗੱਡੀਆਂ ਚ, ਉਹ ਗੱਡੀ ਦੇ ਵਿੱਚ ਵੀ ਬੈਠੇ ਆ, ਕੀ ਸੋਚਣਗੇ ਉਹ? ਕਿਵੇਂ ਕਿਸੇ ਦੀ ਉਹ ਸੁਰੱਖਿਆ ਕਰਨਗੇ? ਜੇ ਆਪਾਂ ਉਹ ਗੱਡੀਆਂ ਚ ਵੀ ਇਹ ਚਾਰ ਪਿੱਛੇ ਬੈਠੇ ਆ, ਚਾਰ ਅੱਗੇ ਬੈਠੇ ਆ, ਜਿਪਸੀਆਂ ਚ ਗੱਡੀਆਂ ਚ, ਉਹ ਗੱਡੀ ਦੇ ਵਿੱਚ ਵੀ ਬੈਠੇ ਆ, ਕੀ ਸੋਚਣਗੇ ਉਹ? ਕਿਵੇਂ ਕਿਸੇ ਦੀ ਉਹ ਸੁਰੱਖਿਆ ਕਰਨਗੇ ਜੇ ਆਪਾਂ ਉਹਨਾਂ ਨੂੰ ਮਾੜੇ ਸ਼ਬਦ ਵਰਤਾਂਗੇ? ਤੇ ਮੈਂ ਸਮਝਦਾ ਬਹੁਤ ਜ਼ਰੂਰੀ ਆ, ਬਿਲਕੁਲ ਉਹਨਾਂ ਦੇ ਨਾਲ ਖੜੇ ਆ। ਮੈਂ ਤੁਹਾਨੂੰ ਮੈਂ ਪੁਲਿਸ ਨੂੰ ਮੈਂ ਕਹਿਣਾ ਚਾਹੁੰਦਾ, ਬਿਲਕੁਲ ਕਿਸੇ ਗੱਲ ਤੇ ਤੁਸੀਂ ਬਹਾਦਰ ਕੌਮ ਆ ਕੁਛ। ਇਹ ਮੈਂ ਹੈਰਾਨ, ਇਹ ਪਾਕਿਸਤਾਨ ਦੇ ਪੰਜਾਬ ਦੀ ਪੁਲਿਸ ਆ? ਜਿਹੋ ਜਿਹੇ ਆਪਾਂ ਲੋਕ ਆ, ਉਹੋ ਜਿਹੇ ਇਹ ਪੰਜਾਬ ਪੁਲਿਸ ਆ? ਆਪਣੇ ਤਾਏ ਚਾਚੇ ਮਾਮੇ ਫੁੱਫੜ ਇਹ ਉਹਨਾਂ ਦੇ ਭਰਾ ਨੇ, ਉਹਨਾਂ ਦੇ ਬੱਚੇ ਆ, ਆਪਣੇ ਹੀ ਨੇ, ਕਿਹੜੇ ਕੋਈ ਬਗਾਨੇ ਨੇ, ਕੋਈ ਅਲੱਗ ਉਪਜ ਹੋਈ ਹੋਈ ਆ? ਜਾਂ ਆਪਾਂ ਪਾਕਿਸਤਾਨ ਦੀ ਪੁਲਿਸ ਦੀ ਗੱਲ ਕਰਦੇ ਆ, ਰੋਜ਼ ਆਪਣੇ ਲਈ ਜਾਨਾਂ ਦਿੰਦੇ ਆ, ਰੋਜ਼ ਸਭ ਕੁਛ ਕਰਦੇ ਆ, ਫਿਰ ਮੈਂ ਹੈਰਾਨ ਆ ਕਿਉਂ ਇਹਨਾਂ ਨੂੰ ਮਾੜਾ ਕਿਹਾ ਜਾਂਦਾ ਏ? ਇਸ ਕਰਕੇ ਬਿਲਕੁਲ ਤੁਸੀਂ ਕਾਇਮ ਰਹੋ, ਤੁਸੀਂ ਫਕਰ ਨਾਲ, ਮੈਂ ਸਮਝਦਾ ਸਿਰ ਤੁਹਾਡਾ ਹਮੇਸ਼ਾ ਤੁਹਾਡੇ ਤੁਹਾਡੇ ਕੋਲ, ਦੁਨੀਆਂ ਦੇ ਕੋਲੋਂ ਸਭ ਤੋਂ ਵੱਧ ਅਵਾਰਡ ਨੇ ਤੁਹਾਡੇ ਕੋਲੋਂ, ਤੁਹਾਨੂੰ ਸਲਾਮ ਕਰਦੇ ਹਾਂ ਅਸੀਂ। ਇਸ ਕਰਕੇ ਇਹ ਗੱਲਾਂ ਜਿਹੜੀਆਂ ਕਹਿਣੀਆਂ ਏ ਪੋਲੀਟੀਕਲ ਪਾਰਟੀਆਂ ਨੂੰ, ਲੋਕਾਂ ਨੂੰ, ਮੈਂ ਸਮਝਦਾ ਬਿਲਕੁਲ ਬੰਦ ਕਰਨੀਆਂ ਚਾਹੀਦੀਆਂ। ਵਰਦੀ ਨੂੰ, ਵਰਦੀ ਤੇ ਤਾਂ ਵੈਸੇ ਹੀ ਆਪਣੇ ਤਾਂ ਘੱਟ ਆ ਹਜੇ ਗੱਲ, ਜੇ
किसी भी मैं देश चले जाओ तुसी बाहरले च कोर्ट दे विच इन्नी ताकत दिती हुई है। कोर्ट दे विच अगला कहिंदा जज भी यह कहिंदा भी मैं जिहड़ी वर्दी दिती है वह सरकार ने दिती है तनखाह दिंदे आ वर्दी वाले की गल मनी जाती है कोर्ट दे विच अपने तां पुट्ठा है ताही जिहड़े केस ने डिग जाते ने ताही सजावां नहीं हुंदियां। इस करके पुलिस की गल तां जिन्नी एक एक पुलिस वाला है बाहर जे देखिया ओदी मैं समझदा वह यह नहीं कोई कर सकता ते आपां रोज पुलिस नूं मंगदा चंगा बाहां बढ़ाउंदे आ वह बढ़ाउंदे आ जिन्हां दीआं बड्डियां जांदे उन्हां चक के हॉस्पिटल वह लैके जांदे आ। मैं समझदा यह मंदभागी घटना है पर तुसी बिल्कुल डिमोरलाइज ना हो असीं तुहाडे नाल खड़े आ। शहीद आजम सरदार बेअंत सिंह जिहड़ी शांति कीती सी उन्होंने पंजाब च अज शांति आ जिहड़ी पंजाब च वह तुहाडी पुलिस ते पंजाबियां दी देण आ। साडा सिर झुकदा तुहाडे लई तुहानूं सलूट आ ते इस करके सलाम आ तुहानूं बिल्कुल परवाह ना करो किसी चीज दी इहो जिहियां गल्लां हजारां तुसी सामना कीता है। दस दिए कि नवजोत सिंह सिद्धू सुल्तानपुर लोधी च विधायक नवतेज चीमा दे हक च रैली नूं संबोधन करन पहुंचे सन। इस दौरान सिद्धू ने नवतेज चीमा की तारीफ करदिआं पुलिस बारे टिप्पणी कर दी। 2022 दीआं विधानसभा चोणां दे दौरान यह मामला होर भी भख सकता है। ब्यूरो रिपोर्ट D5 चैनल पंजाबी। 5 चैनल पंजाबी हुणे सबसक्राइब करो बैल आइकन ते क्लिक करो। की हुंदी है जमाबंदी किवें बनदी है वसीयत जमीन जायदाद के हर मसले ते करांगे चर्चा। देखना ना भुलना साडा खास प्रोग्राम नायब तहसीलदार .com कानून जायदाद दा। आ मुंडा वेखो पीली जैकेट पा के गार्डर वर्गा थानेदार नूं खंगारा मारे पेंट कर दिंदा गिल्ली ठोको ताड़ी इहदे नां दी। मैं हैरान हां 20 30 30 40 40 बंदियां तों इहनां दे बगैर कोई बाहर नहीं निकलदा। बुलेट प्रूफ गड्डियां च भी ये चार पिछे बैठे आ चार अगे बैठे आ जिप्सियां च गड्डियां उह गड्डी दे विच भी बैठे आ की सोचणगे उह। आ मुंडा वेखो पीली जैकेट पा के गार्डर वर्गा थानेदार नूं खंगारा मारे पेंट कर दिंदा गिल्ली ठोको ताड़ी इहदे नां दी। मैं हैरान ये पाकिस्तान दे पंजाब दी पुलिस जिहे जे आपां लोग हाँ उहो जे पंजाब पुलिस आ अपने ताए चाचे मामे फुफड़ ये उन्हां दे भरा ने उन्हां दे बच्चे आ अपने ही ने कि कोई बगाने ने कोई अलग उपजी हुई हुई है। आ मुंडा वेखो पीली जैकेट पा के गार्डर वर्गा थानेदार नूं खंगारा मारे पेंट कर दिंदा गिल्ली ठोको ताड़ी इहदे नां दी। मैं हैरान हाँ 20 30 30 40 40 बंदियां तों इहनां दे बगैर कोई बाहर नहीं निकलदा। बुलेट प्रूफ गड्डियां च भी ये चार पिछे बैठे आ चार अगे बैठे आ जिप्सियां गड्डियां उह गड्डी दे विच भी बैठे आ की सोचणगे उह। आ मुंडा वेखो पीली जैकेट पा के गार्डर वर्गा थानेदार नूं खंगारा मारे पेंट कर दिंदा गिल्ली ठोको ताड़ी इहदे नां दी। मैं हैरान ये पाकिस्तान दे पंजाब दी पुलिस जिहे जे आपां लोग हाँ उहो जे पंजाब पुलिस आ अपने ताए चाचे मामे फुफड़ ये उन्हां दे भरा ने उन्हां दे बच्चे आ अपने ही ने कि कोई बगाने ने कोई अलग उपजी हुई हुई है।